ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਬੈਠਕ ਹੈ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੇ ਉਹਨਾਂ ਵੱਲੋਂ ਮੰਥਨ ਕੀਤਾ ਜਾਏਗਾ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਇਹ ਬੈਠਕ ਹੋਏਗੀ ਜਿੱਥੇ ਕਿ ਸਾਰੇ ਕੋਰਟ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਮੌਜੂਦ ਰਹਿਣਗੇ ਤੇ ਮੰਥਨ ਹੋਏਗਾ ਕਿ ਅਕਾਲੀ ਦਲ ਨੇ ਪੰਜਾਬ ਦੇ ਵਿੱਚੋਂ ਇੰਨੀਆਂ ਘੱਟ ਸੀਟਾਂ ਕਿਉਂ ਹਾਸਲ ਕੀਤੀਆਂ ਕਿ ਕਾਰਨ ਰਹੇ ਕਿ ਕਰਨ ਦੀ ਲੋੜ ਹੈਗੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਚੰਗੀ ਰਣਨੀਤੀ ਬਣਾਉਣ ਦੀ ਲੋੜ ਹੈ ਕਿੱਥੇ ਕਮੀਆਂ ਰਹਿ ਗਈਆਂ ਸਭ ਮੰਥਨ ਜਿਹੜੇ ਨੇ ਅੱਜ ਦੀ ਮੀਟਿੰਗ ਦੇ ਵਿੱਚ ਹੋਣਗੇ ਦੱਸ ਜੀ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ 2019 ਨੂੰ 23 ਮਈ ਦੇ ਨਤੀਜਿਆਂ ਦੇ ਵਿੱਚ 8 ਸੀਟਾਂ ਹਾਸਲ ਕੀਤੀਆਂ ਤੇ ਇੱਕ ਸੀਟ ਆਵਾ ਦੀ ਪਾਰਟੀ ਕੋਲ ਦੋ ਸੀਟਾਂ ਭਾਜਪਾ ਕੋਲ ਹਰਸ਼ਿਆਰਪੁਰ ਤੇ ਗੁਰਦਾਸਪੁਰ ਤੇ ਅਕਾਲੀ ਦਲ ਕੋਲ ਫਿਰੋਜ਼ਪੁਰ ਦੀ ਤੇ ਬਠਿੰਡਾ ਦੀ ਸੀਟ ਹਿੱਸੇ ਆਈ ਤੇ ਦੱਸ ਜੀ ਕਿ ਗੱਠ ਜੋੜ ਜਿਹੜਾ ਅਕਾਲੀ ਤੇ ਭਾਜਪਾ ਦੇ ਵਿੱਚ ਹੈ ਯਾਨੀ ਕਿ ਚਾਰ ਸੀਟਾਂ ਕੁੱਲ ਅਕਾਲੀ ਭਾਜਪਾ ਗੱਠ ਜੋੜ ਦੇ ਹਿੱਸੇ ਆਈਆਂ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਸਿਰਫ ਇੱਕ ਸੀਟ ਤੇ ਆਮ ਆਦਮੀ ਪਾਰਟੀ ਤੇ 8 ਸੀਟਾ ਕਾਂਗਰਸ ਯਾਨੀ ਕਿ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਹਾਰ ਦਾ ਮੰਥਨ ਕਰਨ ਦੀ ਲੋੜ ਹੈ ਕਿ ਕਾਰਨ ਰਹੇ ਨੇ ਕਿਹਨਾਂ ਮੁੱਦਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਸੁਧਾਰ ਹੋ ਸਕਦੇ ਨੇ ਉਹ ਸਭ ਤੇ ਚਰਚਾ ਹੋਏਗੀ ਤੇ ਇਹ ਵੀ ਖਬਰ ਹੈ ਕਿਤੇ ਨਾ ਕਿਤੇ ਹਲਕਾ ਫੁਲਕਾ ਜਿਹੜਾ ਬਦਲਾਅ ਹੈਗਾ ਕਰਨ ਦੀ ਲੋੜ ਹੈ ਤੇ ਸ਼ਾਇਦ ਉਸ ਤੇ ਵੀ ਗੱਲਬਾਤ ਅੱਜ ਹੋ ਸਕਦੀ ਹੈ